ਪੰਜਾਬ ਸਰਕਾਰ ਦੇ ਭ੍ਰਿਸ਼ਟਾਚਾਰ ਦੀ ਮੁਹਿੰਮ ਦਾ ਉਸ ਵੇਲੇ ਅਸਰ ਦੇਖਣ ਨੂੰ ਮਿਲਿਆ ਜਦ ਮਾਨਸਾ ਵਿਜੀਲੈਂਸ ਬਿਊਰੋ ਨੇ ਇੱਕ ਸੈੱਲ ਟੈਕਸ ਇੰਸਪੈਕਟਰ ਨੂੰ 6,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਇੰਸਪੈਕਟਰ ਦੇ ਵੱਲੋਂ ਹਰਿਆਣਾ ਦਾ ਬਾਰਡਰ ਕ੍ਰਾਸ ਕਰਨ ਦੇ ਨਾਮ ਤੇ 3,000 ਪ੍ਰਤੀ ਗੱਡੀ ਰਿਸ਼ਵਤ ਵਸੂਲੀ ਜਾ ਰਹੀ ਸੀ। ਇਸ ਦੀ ਸ਼ਿਕਾਇਤ ਇੱਕ ਵਪਾਰੀ ਨੇ ਮਾਨਸਾ ਵਿਜੀਲੈਂਸ ਨੂੰ ਦਿੱਤੀ ਸੀ। ਵਿਜੀਲੈਂਸ ਦੀ ਟੀਮ ਨੇ ਦੋਸ਼ੀ ਇੰਸਪੈਕਟਰ ਨੂੰ ਰਿਸ਼ਵਤ ਦੀ ਰਕਮ ਦੇ ਸਮੇਤ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ। ਕੀ ਨਾਮ ਹੈ ਜੀ? ਦੀਵਾਨ ਚੰਦ ਜੀ। ਦੀਵਾਨ ਜੀ, ਤੁਸੀਂ ਸੇਲ ਟੈਕਸ ਇੰਸਪੈਕਟਰ ਵਿਜੀਲੈਂਸ ਦੇ ਤੋਂ ਬੁਲਾਇਆ ਰਿਸ਼ਵਤ ਦੇ ਲਈ, ਕਿਹੜਾ ਮੰਗ ਕਰਦਾ ਸੀ? ਕੀ ਮਾਮਲਾ ਸੀ? ਕਿਵੇਂ ਮੰਗ ਕਰਦਾ ਸੀਗਾ? ਆਈਡੀ ਇਹ ਤਾਂ ਸਰ ਲਿਖਿਆ, ਸਾਡਾ ਮਾਲ ਆਈਡੀ ਤਾਂ ਲਿਖਿਆ, ਲੁਧਿਆਣੇ ਤੋਂ ਜਾਂ ਗੋਬਿੰਦਗੜ੍ਹ ਤੋਂ ਆਉਂਦਾ ਜੀ। ਸਾਡਾ ਮਤਲਬ ਜਦੋਂ ਮਾਲ ਆਉਂਦਾ ਸੀ ਉਦੋਂ ਸਾਨੂੰ ਸਾਹਿਬ ਭੁਪਿੰਦਰ ਸਿੰਘ ਜੀ ਪਰੇਸ਼ਾਨ ਕਰਦੇ ਸੀ, ਪੈਸੇ ਦੀ ਮੰਗ ਕਰਦੇ ਸੀ। ਉਸ ਤੋਂ ਬਾਅਦ ਇਹ ਕਹਿੰਦੇ ਵੀ ਅਸੀਂ 3,000 ਰੁਪਏ ਗੱਡੀ ਲਏ ਤੋਂ ਬਿਨਾਂ ਅਸੀਂ ਜਾਣ ਨਹੀਂ ਦਿੰਦੇ। ਕੱਲ੍ਹ ਸਾਡਾ ਮਾਲ ਆਉਣਾ ਸੀ, ਇਹਨਾਂ ਨੇ ਸਾਡੇ ਤੋਂ ਪੈਸੇ ਦੀ ਮੰਗ ਕੀਤੀ। ਅਸੀਂ ਪੈਸੇ ਦੀ ਮੰਗ ਨੂੰ ਦੇਖਦੇ ਹੋਏ ਅਸੀਂ ਇਹ ਗੱਲ ਗਲਤ ਸਮਝੀ। ਉਸ ਦੇ ਅਗੇਂਸਟ ਅਸੀਂ DSP ਮਲਕੀਤ ਸਿੰਘ ਵਿਜੀਲੈਂਸ ਕੋਲ ਆਏ। ਇਹਨਾਂ ਨੇ ਬਣਦੀ ਕਾਰਵਾਈ ਕਰਕੇ ਅਸੀਂ 6,000 ਰੁਪਏ ਇਹਨਾਂ ਨੂੰ ਦਿੱਤੇ ਅਤੇ ਬਣਦੀ ਕਾਰਵਾਈ ਕਰਕੇ ਇਹਨਾਂ ਨੂੰ ਰੰਗੇ ਹੱਥੀਂ ਫੜਾਇਆ। ਪਹਿਲਾਂ ਸਰ ਮੈਂ ਸ਼ਿਕਾਇਤ ਕੀਤੀ ਸੀ ਜਿਹਦਾ 5912 9 ਕੰਪਲੇਂਟ ਨੰਬਰ ਹੈ ਜੀ। ਉਸ ਤੋਂ ਬਾਅਦ ਮੈਂ 25 ਮਾਰਚ ਨੂੰ ਫਿਰ ਇਹਨਾਂ ਦੀ ਕੰਪਲੇਂਟ ਕੀਤੀ ਸੀ ਔਰ ਉਹਦੇ ਵਿੱਚ ਮੈਂ ਲਿਖਿਆ ਹੋਇਆ ਸੀ ਵੀ ਮੇਰਾ 2-3 ਦਿਨਾਂ ਦੇ ਵਿੱਚ ਮਸਲਾ ਸੋਲਵ ਕੀਤਾ ਜਾਵੇ, ਲੇਕਿਨ ਨਾ ਹੋਣ ਦੇ ਬਾਵਜੂਦ ਮੈਨੂੰ ਇਹ ਕਦਮ ਚੱਕਣਾ ਪਿਆ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਹੁਣ ਮੈਂ ਵਿਜੀਲੈਂਸ ਡਿਪਾਰਟਮੈਂਟ ਤੋਂ ਔਰ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਤੋਂ ਮੰਗ ਕਰਦਾ ਵੀ ਜੋ ਇਹਨਾਂ ਦੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ ਅਤੇ ਮੈਨੂੰ ਇਨਸਾਫ ਦਿਵਾਇਆ ਜਾਵੇ, ਇਹਨਾਂ ਨੂੰ ਸਜ਼ਾ ਦਿਵਾਈ ਜਾਵੇ। ਬਾਰਡਰ ਤੋਂ ਕੀ ਮਾਮਲਾ ਸੀਗਾ, ਕਿਵੇਂ ਰਿਸ਼ਵਤ ਲਈ ਸੀ? ਸਾਡੇ ਪਾਸ ਜਵਾਨ ਚੰਦ ਜਿਹੜਾ ਸਰਦੂਲਗੜ੍ਹ ਵਿਖੇ ਇੱਕ ਲੋਹਾ ਕਾਰੋਬਾਰੀ ਆ, ਲੋਹੇ ਦੀ ਦੁਕਾਨ ਕਰਦਾ ਨਟ ਬੋਲਟਾਂ ਦੀ, ਉਹਨੇ ਇੱਕ ਸ਼ਿਕਾਇਤ ਕੀਤੀ ਕਿ ਭੁਪਿੰਦਰ ਸਿੰਘ ਜਿਹੜਾ ਸੇਲ ਟੈਕਸ ਬੈਰੀਅਰ ਸਰਦੂਲੇ ਵਾਲਾ 'ਤੇ ਲੱਗਿਆ ਹੋਇਆ ਉਹ ਉਹਦੇ ਤੋਂ ਉਹਦੀਆਂ ਜਿਹੜੀਆਂ ਗੱਡੀਆਂ ਨੇ ਲੋਹੇ ਦੀਆਂ ਲੁਧਿਆਣੇ ਤੋਂ ਆਉਂਦੀਆਂ ਨੇ ਸਮਾਨ ਦੀਆਂ, ਉਹਨਾਂ ਨੂੰ ਲੰਘਾਉਣ ਬਦਲੇ ਕਿ ਬਿਨਾਂ ਐਂਟਰੀ ਕੀਤੇ ਲੰਘਾਉਣ ਬਦਲੇ 3,000 ਰੁਪਏ ਪ੍ਰਤੀ ਜਿਹੜੀ ਗੱਡੀ ਹੈ ਉਹਦੀ ਮੰਗ ਕਰ ਰਹੇ। ਅਸੀਂ ਦੀਵਾਨ ਚੰਦ ਦਾ ਬਿਆਨ ਦਰਜ ਕਰਕੇ ਇਹਦੀ ਰੀਵੈਰੀਫਿਕੇਸ਼ਨ ਕਰਕੇ ਸਾਡੇ SSP ਸਾਹਿਬ ਵਿਜੀਲੈਂਸ ਬਿਊਰੋ ਬਠਿੰਡਾ ਸਰ ਰਜਿੰਦਰ ਸਿੰਘ ਜੀ ਦੇ ਧਿਆਨ ਵਿੱਚ ਲਿਆ ਕੇ ਉਹਨਾਂ ਤੋਂ ਯੋਗ ਹਦਾਇਤਾਂ ਲੈ ਕੇ ਅਤੇ ਨਾਲ ਅਸੀਂ ਸਰਕਾਰੀ ਗਵਾਹਾਂ ਨੂੰ ਲੈ ਕੇ ਜਿਨ੍ਹਾਂ 'ਚ ਸ਼੍ਰੀ ਜਗਰੂਪ ਭਾਰਤੀ ਜੀ ਡਿਪਟੀ DO ਸੈਕੰਡਰੀ ਅਤੇ ਸ਼੍ਰੀ ਸਤੀਸ਼ ਕਪੂਰ ਜੀ ਡਿਸਟ੍ਰਿਕਟ ਸੋਸ਼ਲ ਵੈਲਫੇਅਰ ਔਫਿਸਰ ਅਤੇ ਨਾਲ ਇੰਸਪੈਕਟਰ ਸਰ ਸਤਪਾਲ ਸਿੰਘ ਜੀ ਅਤੇ ਸਾਡੀ ਟੀਮ ਨੂੰ ਲੈ ਕੇ ਅਸੀਂ ਰੇਡ ਕੀਤਾ। ਰੇਡ ਕੀਤਾ ਤਾਂ ਉਹਨਾਂ ਤੋਂ ਮੌਕੇ 'ਤੇ ਦੀਵਾਨ ਚੰਦ ਵੱਲੋਂ ਦਿੱਤੀ ਗਈ 6,000 ਰੁਪਏ ਦੀ ਰਿਸ਼ਵਤ ਦੀ ਰਕਮ ਜਿਹੜੀ ਉਹਨੇ ਇੱਕ ਉਹਦੀ ਗੱਡੀ ਕ੍ਰੋਸ ਹੋ ਗਈ ਸੀ, ਇੱਕ ਗੱਡੀ ਉਹਦੀ ਆਉਣੀ ਤੱਕ 6,000 ਰੁਪਏ ਦੀ ਰਿਸ਼ਵਤ ਦੀ ਰਕਮ ਭੁਪਿੰਦਰ ਸਿੰਘ ਤੋਂ ਬਰਾਮਦ ਹੋਈ। ਉਹਨੂੰ ਰੈੱਡ ਹੈਂਡਡ ਅਸੀਂ ਅਰੈਸਟ ਕੀਤਾ ਅਤੇ ਮੌਕੇ 'ਤੇ ਉਹਨਾਂ ਦੇ ETO ਨੂੰ ਬੁਲਾ ਕੇ ਉਹਦੇ ਬਾਰੇ ਜਾਣਕਾਰੀ ਦੇ ਕੇ ਉਹਨਾਂ ਦਾ ਜੋ ਰਿਕਾਰਡ ਵਗੈਰਾ ਅਸੀਂ ਉਹਨੂੰ ਸਪੁਰਦ ਕਰਤਾ ਅਤੇ ਭੁਪਿੰਦਰ ਸਿੰਘ ਦੇ ਖਿਲਾਫ਼ ਪ੍ਰਿਵੈਂਸ਼ਨ ਔਫ ਕਰਪਸ਼ਨ ਐਕਟ ਦੀ ਧਾਰਾ ਜਿਹੜੀ ਹੈ 7 ਅਤੇ 13 2 ਦੇ ਤਹਿਤ ਜਿਹੜਾ ਮੁਕੱਦਮਾ ਦਰਜ ਕਰ ਲਿਆ ਗਿਆ। ਅੱਗੇ ਕਾਰਵਾਈ ਜਿਹੜੀ ਉਹਦੇ ਵਿੱਚ ਮਾਨਸਾ ਤੋਂ ਅਮਰਜੀਤ ਮਾਖਾ ਦੀ ਰਿਪੋਰਟ, ਜਗਤ ਸੇਵਕ, ਵੈਬ TV।